ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਹਾਹਾਕਾਰ ਮਚਾ ਦਿੱਤੀ ਹੈ। ਕਈ ਥਾਵਾਂ ਤੇ ਵੱਡਾ ਨੁਕਸਾਨ ਹੋਇਆ ਹੈ। ਹੁਣ ਇਸ ਵੀਡੀਓ 'ਚ ਦੇਖ ਲਓ ਜਿੱਥੇ ਇੱਕ ਔਰਤ ਦੇ ਉੱਤੇ ਪੂਰੀ ਦੀ ਪੂਰੀ ਕਈ ਫੁੱਟ ਉੱਚੀ ਕੰਧ ਆ ਕੇ ਡਿੱਗ ਜਾਂਦੀ ਹੈ ਤੇ ਗਲੀ 'ਚ ਮਲਬਾ ਹੀ ਮਲਬਾ ਹੋ ਜਾਂਦਾ ਹੈ। ਹੇਠਾਂ ਗੱਡੀਆਂ ਵੀ ਖੜੀਆਂ ਹੁੰਦੀਆਂ ਨੇ ਜੋ ਇਸ ਕੰਧ ਦੇ ਮਲਬੇ ਹੇਠਾਂ ਆ ਜਾਂਦੀਆਂ ਨੇ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵੀਡੀਓ ਪ੍ਰਯਾਗਰਾਜ ਦੇ ਰਾਮਬਾਗ ਰੇਲਵੇ ਸਟੇਸ਼ਨ ਦੇ ਨੇੜੇ ਦੀ ਹੈ, ਜਿੱਥੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਇੱਕ ਕੰਧ ਅਚਾਨਕ ਹੀ ਮੀਂਹ ਨਾਲ ਕਮਜ਼ੋਰ ਹੋ ਕੇ ਪੂਰੀ ਦੀ ਪੂਰੀ ਕੰਧ ਹੀ ਡਿੱਗ ਗਈ ਹੈ, ਮਲਬਾ ਬਣ ਗਈ। ਜਿੱਥੋਂ ਇੱਕ ਔਰਤ ਛਤਰੀ ਲੈ ਕੇ ਕੋਲੋਂ ਦੀ ਲੰਘ ਰਹੀ ਸੀ, ਹੇਠਾਂ ਕੁਛ ਗੱਡੀਆਂ ਵੀ ਖੜੀਆਂ ਨੇ, ਤਾਂ ਅਚਾਨਕ ਇਹ ਕੰਧ ਟੇਢੀ ਹੁੰਦੀ ਹੁੰਦੀ ਪੂਰੀ ਹੀ ਇਸ ਔਰਤ ਤੇ ਗੱਡੀਆਂ ਤੇ ਆ ਡਿੱਗਦੀ ਹੈ। ਗਨੀਮਤ ਰਹੀ ਹੈ ਕਿ ਔਰਤ ਦੀ ਜਾਨ ਬਚ ਗਈ। ਮਲਬੇ ਦੇ ਹੇਠੋਂ ਬੜੀ ਮੁਸ਼ਕਲ ਦੇ ਨਾਲ ਇਹ ਔਰਤ ਨਿਕਲ ਕੇ ਬਾਹਰ ਵੀ ਆ ਗਈ। ਤਸਵੀਰਾਂ ਦੇ ਵਿੱਚ ਸਾਫ ਨਜ਼ਰ ਆਇਆ ਕਿ ਕਿਵੇਂ ਸਕਿੰਟਾਂ ਦੇ ਵਿੱਚ ਹੀ ਪੂਰੀ ਦੀ ਪੂਰੀ ਕੰਧ ਮਲਬਾ ਬਣ ਗਈ। ਤਸਵੀਰਾਂ ਦੇਖੋ ਕਿ ਪੂਰੀ ਸੜਕ ਤੇ ਹੀ ਇਸ ਕੰਧ ਦਾ ਮਲਬਾ ਖਿਲਰ ਗਿਆ ਹੈ। ਹਾਲਾਂਕਿ ਇੱਥੇ ਵੱਡਾ ਨੁਕਸਾਨ ਵੀ ਹੋ ਸਕਦਾ ਸੀ, ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਪਰ ਜੋ ਵਾਹਨ ਜੋ ਗੱਡੀਆਂ ਇਸ ਕੰਧ ਦੇ ਹੇਠਾਂ ਖੜੀਆਂ ਸਨ, ਉਹ ਜ਼ਰੂਰ ਨੁਕਸਾਨੀਆਂ ਗਈਆਂ ਨੇ। ਕੰਧ ਡਿੱਗਣ ਦੀ ਆਵਾਜ਼ ਸੁਣ ਕੇ ਲੋਕ ਵੀ ਬਾਹਰ ਨਿਕਲ ਆਏ ਤੇ ਉਹਨਾਂ ਦੇ ਹੋਸ਼ ਉੜ ਗਏ ਜਦੋਂ ਉਹਨਾਂ ਨੇ ਸੜਕ ਤੇ ਇਹ ਸਾਰਾ ਮਲਬਾ ਖਿਲਰਿਆ ਹੋਇਆ ਦੇਖਿਆ। ਆਵਾਜ਼ ਵੀ ਇੰਨੀ ਜ਼ੋਰਦਾਰ ਆਈ ਕਿ ਲੋਕ ਡਰ ਗਏ। ਹਾਲਾਂਕਿ ਇਹ ਗਨੀਮਤ ਰਹੀ ਹੈ ਕਿ ਜੋ ਔਰਤ ਛਤਰੀ ਲੈ ਕੇ ਇਸ ਕੰਧ ਦੇ ਨੇੜਿਓਂ ਨਿਕਲ ਰਹੀ ਸੀ, ਉਸ ਦੇ ਉੱਤੇ ਵੀ ਕੰਧ ਡਿੱਗੀ ਹੈ, ਪਰ ਉਸਦਾ ਬਚਾਅ ਹੋ ਗਿਆ ਤੇ ਮਲਬੇ ਦੇ ਹੇਠੋਂ ਨਿਕਲ ਕੇ ਉਹ ਆਪ ਹੀ ਬਾਹਰ ਆ ਗਈ। ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਇਹ ਕੰਧ ਕਮਜ਼ੋਰ ਹੋ ਗਈ ਸੀ ਅਤੇ ਫਿਰ ਮੀਂਹ ਦੀ ਮਾਰ ਨਾ ਝੱਲਦਿਆਂ ਅਚਾਨਕ ਸਕਿੰਟਾਂ ਦੇ ਵਿੱਚ ਹੀ ਢਹਿ ਢੇਰੀ ਹੋ ਗਈ। ਹਾਲਾਂਕਿ ਇੱਥੇ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਜੇਕਰ ਇਸ ਦੀਵਾਰ ਦੇ ਕੋਲ ਕੋਈ ਹੋਰ ਵੀ ਲੋਕ ਮੌਜੂਦ ਹੁੰਦੇ। ਇੱਕ ਔਰਤ ਜੋ ਮੌਜੂਦ ਸੀ ਉਸਦੀ ਜਾਨ ਬਚ ਗਈ ਹੈ। ਗੱਡੀਆਂ ਦਾ ਇੱਥੇ ਵੱਡਾ ਨੁਕਸਾਨ ਹੋਇਆ ਹੈ ਜਿਸ ਲਈ ਲੋਕ ਵੀ ਪਰੇਸ਼ਾਨ ਨੇ। ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਹਾਹਾਕਾਰ ਮਚਾ ਦਿੱਤੀ ਹੈ। ਕਈ ਥਾਵਾਂ ਤੇ ਵੱਡਾ ਨੁਕਸਾਨ ਹੋਇਆ ਹੈ। ਹੁਣ ਇਸ ਵੀਡੀਓ 'ਚ ਦੇਖ ਲਓ ਜਿੱਥੇ ਇੱਕ ਔਰਤ ਦੇ ਉੱਤੇ ਪੂਰੀ ਦੀ ਪੂਰੀ ਕਈ ਫੁੱਟ ਉੱਚੀ ਕੰਧ ਆ ਕੇ ਡਿੱਗ ਜਾਂਦੀ ਹੈ ਤੇ ਗਲੀ 'ਚ ਮਲਬਾ ਹੀ ਮਲਬਾ ਹੋ ਜਾਂਦਾ ਹੈ। ਹੇਠਾਂ ਗੱਡੀਆਂ ਵੀ ਖੜੀਆਂ ਹੁੰਦੀਆਂ ਨੇ ਜੋ ਇਸ ਕੰਧ ਦੇ ਮਲਬੇ ਹੇਠਾਂ ਆ ਜਾਂਦੀਆਂ ਨੇ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵੀਡੀਓ ਪ੍ਰਯਾਗਰਾਜ ਦੇ ਰਾਮਬਾਗ ਰੇਲਵੇ ਸਟੇਸ਼ਨ ਦੇ ਨੇੜੇ ਦੀ ਹੈ, ਜਿੱਥੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਇੱਕ ਕੰਧ ਅਚਾਨਕ ਹੀ ਮੀਂਹ ਨਾਲ ਕਮਜ਼ੋਰ ਹੋ ਕੇ ਪੂਰੀ ਦੀ ਪੂਰੀ ਕੰਧ ਹੀ ਡਿੱਗ ਗਈ ਹੈ, ਮਲਬਾ ਬਣ ਗਈ। ਜਿੱਥੋਂ ਇੱਕ ਔਰਤ ਛਤਰੀ ਲੈ ਕੇ ਕੋਲੋਂ ਦੀ ਲੰਘ ਰਹੀ ਸੀ, ਹੇਠਾਂ ਕੁਛ ਗੱਡੀਆਂ ਵੀ ਖੜੀਆਂ ਨੇ, ਤਾਂ ਅਚਾਨਕ ਇਹ ਕੰਧ ਟੇਢੀ ਹੁੰਦੀ ਹੁੰਦੀ ਪੂਰੀ ਹੀ ਇਸ ਔਰਤ ਤੇ ਗੱਡੀਆਂ ਤੇ ਆ ਡਿੱਗਦੀ ਹੈ। ਗਨੀਮਤ ਰਹੀ ਹੈ ਕਿ ਔਰਤ ਦੀ ਜਾਨ ਬਚ ਗਈ। ਮਲਬੇ ਦੇ ਹੇਠੋਂ ਬੜੀ ਮੁਸ਼ਕਲ ਦੇ ਨਾਲ ਇਹ ਔਰਤ ਨਿਕਲ ਕੇ ਬਾਹਰ ਵੀ ਆ ਗਈ। ਤਸਵੀਰਾਂ ਦੇ ਵਿੱਚ ਸਾਫ ਨਜ਼ਰ ਆਇਆ ਕਿ ਕਿਵੇਂ ਸਕਿੰਟਾਂ ਦੇ ਵਿੱਚ ਹੀ ਪੂਰੀ ਦੀ ਪੂਰੀ ਕੰਧ ਮਲਬਾ ਬਣ ਗਈ। ਤਸਵੀਰਾਂ ਦੇਖੋ ਕਿ ਪੂਰੀ ਸੜਕ ਤੇ ਹੀ ਇਸ ਕੰਧ ਦਾ ਮਲਬਾ ਖਿਲਰ ਗਿਆ ਹੈ। ਹਾਲਾਂਕਿ ਇੱਥੇ ਵੱਡਾ ਨੁਕਸਾਨ ਵੀ ਹੋ ਸਕਦਾ ਸੀ, ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਪਰ ਜੋ ਵਾਹਨ ਜੋ ਗੱਡੀਆਂ ਇਸ ਕੰਧ ਦੇ ਹੇਠਾਂ ਖੜੀਆਂ ਸਨ, ਉਹ ਜ਼ਰੂਰ ਨੁਕਸਾਨੀਆਂ ਗਈਆਂ ਨੇ। ਕੰਧ ਡਿੱਗਣ ਦੀ ਆਵਾਜ਼ ਸੁਣ ਕੇ ਲੋਕ ਵੀ ਬਾਹਰ ਨਿਕਲ ਆਏ ਤੇ ਉਹਨਾਂ ਦੇ ਹੋਸ਼ ਉੜ ਗਏ ਜਦੋਂ ਉਹਨਾਂ ਨੇ ਸੜਕ ਤੇ ਇਹ ਸਾਰਾ ਮਲਬਾ ਖਿਲਰਿਆ ਹੋਇਆ ਦੇਖਿਆ। ਆਵਾਜ਼ ਵੀ ਇੰਨੀ ਜ਼ੋਰਦਾਰ ਆਈ ਕਿ ਲੋਕ
ਡਰ ਗਏ। ਹਾਲਾਂਕਿ ਇਹ ਗਨੀਮਤ ਰਹੀ ਹੈ ਕਿ ਜੋ ਔਰਤ ਛਤਰੀ ਲੈ ਕੇ ਇਸ ਕੰਧ ਦੇ ਨੇੜਿਓਂ ਨਿਕਲ ਰਹੀ ਸੀ ਉਸ ਦੇ ਉੱਤੇ ਵੀ ਕੰਧ ਡਿੱਗੀ ਹੈ, ਪਰ ਉਸਦਾ ਬਚਾਅ ਹੋ ਗਿਆ ਤੇ ਮਲਬੇ ਦੇ ਹੇਠੋਂ ਨਿਕਲ ਕੇ ਉਹ ਆਪ ਹੀ ਬਾਹਰ ਆ ਗਈ। ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਇਹ ਕੰਧ ਕਮਜ਼ੋਰ ਹੋ ਗਈ ਸੀ ਅਤੇ ਫਿਰ ਮੀਂਹ ਦੀ ਮਾਰ ਨਾ ਝੱਲਦਿਆਂ ਅਚਾਨਕ ਸਕਿੰਟਾਂ ਦੇ ਵਿੱਚ ਹੀ ਢਹਿ ਢੇਰੀ ਹੋ ਗਈ। ਹਾਲਾਂਕਿ ਇੱਥੇ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਜੇਕਰ ਇਸ ਦੀਵਾਰ ਦੇ ਕੋਲ ਕੋਈ ਹੋਰ ਵੀ ਲੋਕ ਮੌਜੂਦ ਹੁੰਦੇ। ਇੱਕ ਔਰਤ ਜੋ ਮੌਜੂਦ ਸੀ ਉਸਦੀ ਜਾਨ ਬਚ ਗਈ ਹੈ। ਗੱਡੀਆਂ ਦਾ ਇੱਥੇ ਵੱਡਾ ਨੁਕਸਾਨ ਹੋਇਆ ਹੈ ਜਿਸ ਲਈ ਲੋਕ ਵੀ ਪਰੇਸ਼ਾਨ ਨੇ।